ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਵਿੱਚ ਆਪਾਂ ਕਵਰ ਕਰ ਰਹੇ ਹਾਂ ਸੋਸ਼ਲ ਸਾਇੰਸ ਦੇ ਰਿਲੇਟਡ ਟੌਪ 20 MCQ ਜੋ ਕਿ ਆਉਣ ਵਾਲੇ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੇ ਨੇ ਤਾਂ ਦੋਸਤੋ ਵੀਡੀਓ ਨੂੰ 끝 ਤੱਕ ਜ਼ਰੂਰ ਦੇਖਣਾ ਐਂਡ ਚੈਨਲ ਤੇ ਫਸਟ ਵਾਰ ਵਿਜ਼ਿਟ ਕਰਨ ਚਲੋ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਜ਼ਰੂਰ ਕਰ ਦੇਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਕੇ ਕੁਐਸਚਨ ਪਰ ਫਸਟ शेख ख्वाजा कु 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 कुबदिन बख्तियार काी की दरगाह कि स्थित आंसर है दिल्ली ठीक है जी जो शेख ख्वाजा कुतबद्दीन बख्तियार काकी सी एक सुन्नी मुसलिम सी जो एक सूफी संत सी भारत विच पहली बार बचत प्रणाली कदों शुरू की थी गई सी ਤਾਂ ਰਾਈਟ ਆਨਸਰ ਹੈ 1860 ਠੀਕ ਹੈ 1860 ਇਸ ਵਿੱਚ ਜੋ ਫਾਸਟ ਵਾਰ ਜੋ ਬਸਤ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ ਹਰੇ ਪੌਦੇ ਆਪਣਾ ਭੋਜਨ ਬਣਾਉਣ ਲਈ ਕਿਹੜੀ ਗੈਸ ਦੀ ਗੱਲ ਤੋਂ ਕਰਦੇ ਹਨ ਤਾਂ ਰਾਈਟ ਆਨਸਰ ਹੈ ਕਾਰਬਨ ਡਾਈਆਕਸਾਈਡ ਠੀਕ ਹੈ ਜੀ ਹਰੇ ਪੌਦੇ ਦੁਆਰਾ ਜੋ ਕਾਰਬਨ ਡਾਈਆਕਸਾਈਡ ਦੁਆਰਾ ਆਪਣਾ ਭੋਜਨ ਤਿਆਰ ਕੀਤਾ ਜਾਂਦਾ ਹੈ ਭਾਰਤ ਦਾ ਆਖਰੀ ਵਾਇਸਰਾਏ ਕੌਣ ਸੀ ਤਾਂ ਰਾਈਟ ਆਨਸਰ ਹੈ ਲਾਰਡ ਮਾਉਟਬੈਟਨ ਠੀਕ ਹੈ ਲਾਰਡ ਮਾਉਟਬੈਟਨ ਜੋ ਭਾਰਤ ਦਾ ਆਖਰੀ ਵਾਇਸਰਾਏ ਸੀ ਭਾਰਤ ਵਿੱਚ ਸਭ ਤੋਂ ਵੱਧ ਸੈਰੀ ਕਰਨ ਵਾਲਾ ਰਾਜ ਕਿਹੜਾ ਹੈ ਤਾਂ ਰਾਈਟ ਆਨਸਰ ਹੈ ਮਹਾਰਾਸ਼ਟਰ ਠੀਕ ਹੈ ਜੀ ਜੋ ਭਾਰਤ ਦਾ ਮਹਾਰਾਸ਼ਟਰ ਰਾਜੇ ਇਹ ਸਭ ਤੋਂ ਵੱਧ ਸਵੈਰਿ ਕਰਨ ਵਾਲਾ ਰਾਜ ਹੈ ਐਂਡ ਦੋਸਤੋ ਜੇਕਰ ਆਪਾਂ ਨੂੰ ਅਨਸਰ ਪੁੱਛਿਆ ਜਾਵੇ ਤਾਂ ਉੱਥੇ ਆਪਣਾ ਰਾਈਟ ਆਨਸਰ ਮਬਈ ਹੋਵੇਗਾ ਠੀਕ ਹੈ ਜੀ ਜੋ ਮਹਾਰਾਸ਼ਟਰ ਹੈ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਦੋਂ ਕੋਸ਼ਿਸ਼ ਕੀਤਾ ਗਿਆ ਸੀ ਦਾ ਰਾਈਟ ਆਨਸਰ ਹੈ 1911 ਠੀਕ ਹੈ ਜੀ ਜੋ ਦਿੱਲੀ ਭਾਰਤ ਦੀ ਰਾਜਧਾਨੀ 1911 ਵਿੱਚ ਬਣੀ ਮਕਸਦ ਦੀ ਲੜਾਈ ਕਿਸ ਸਾਲ ਲੜੀ ਗਈ ਸੀ ਤਾਂ ਰਾਈਟ ਆਨਸਰ ਹੈ 1764 ਠੀਕ ਹੈ ਜੀ ਜੋ ਬਕਸਰ ਦਾ ਜੰਦ ਹੋਇਆ ਸੀ 1764 ਵਿੱਚ ਹੋਇਆ ਸੀ ਇਸ ਵਿੱਚ ਇੱਕ ਪਾਸੇ ਤਾਂ ਜੋ ਅੰਗਰੇਜ਼ੀ ਸੈਨਾ ਦੀ ਜੋ ਅਗਵਾਈ ਕੀਤੀ ਸੀਗੀ ਹੈਨਰੀ ਹੈਕਟਰ ਮਨਰੋ ਨੇ ਐਂਡ ਦੂਜੇ ਪਾਸੇ ਜੋ ਇੱਕ ਬੰਗਾਲ ਦਾ ਨਵਾਬ ਸੀਗਾ ਮੀਰ ਕਾਸਿਮ ਅਫਦਾ ਦਾ ਨਵਾਬ ਸਜਾਉਦੋਲਾ ਤੇ ਮੁਗਲ ਬਾਸਾ ਸਾਲਮ ਦੂਜਾ ਸੀ ਯਾਨੀ ਕਿ ਇਹਨਾਂ ਨੇ ਤਿੰਨਾਂ ਨੇ ਮਿਲ ਕੇ ਅੰਗਰੇਜ਼ਾਂ ਵਿਰੁੱਧ ਜੋ ਬਕਸਰ ਦਾ ਜੰਦ ਲੜਿਆ ਸੀ ਇਸ ਵਿੱਚ ਜੋ ਅੰਗਰੇਜ਼ੀ ਸੈਨਾ ਦੀ ਜਿੱਤ ਹੋਈ ਸੀ ਹਿੰਦਿਕਾ ਦਾ ਲਿਖ ਕੌਨਸੀ ਤਾਂ ரைਟ ਆਨਸਰ ਹੈ ਮੈਗਸਥਨੀਜ਼ ਠੀਕ ਹੈ ਜੀ ਹਿੰਦਿਕਾ ਜੋ ਕਿਤਾਬ ਲਿਖੀ ਗਈ ਹੈ ਮੈਗਸਥਨੀਜ਼ ਦੁਆਰਾ ਭਾਰਤ ਸੱਡੋ ਅੰਦੋਲਨ ਦੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਨ ਸੀ ਆ ਰਾਈਟ ਆਨਸਰ ਹੈ ਚਰਚਿਲ ਠੀਕ ਹੈ ਜੀ ਭਾਰਤ ਸਵਦੇਸ਼ ਅੰਦੋਲਨ ਸਮੇਂ ਇੰਗਲੈਂਡ ਦਾ ਜੋ ਪ੍ਰਧਾਨ ਮੰਤਰੀ ਚਰਚਿਲ ਸੀ ਰੌਲਟੈਗ ਕਦੋਂ ਪਾਸ ਹੋਇਆ ਆ ਰਾਈਟ ਆਨਸਰ ਹੈ 1919ਵੀਂ ਠੀਕ ਹੈ ਜੀ 1919 ਵਿੱਚ ਜੋ ਰੋਲ ਐਕਟ ਪਾਸ ਹੋਇਆ ਸੀਗਾ ਇਹ ਬ੍ਰਿਟਿਸ਼ ਸਰਕਾਰ ਦੁਆਰਾ ਜਿਹੜਾ ਐਕਟ ਪਾਸ ਕੀਤਾ ਗਿਆ ਸੀ ਜਿਸ ਦੇ ਅਨੁਸਾਰ ਕਿਸੇ ਵੀ ਭਾਰਤੀ ਨੂੰ ਸੱਕ ਦੇ ਅਦਾਰ ਤੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਐਂਡ ਬਿਨਾ ਵਾਰੰਟੀ ਜਾਰੀ ਕੀਤੇ ਕਿਸੇ ਵੀ ਜਗ੍ਹਾ ਦੀ ਜੋ ਤਲਾਸ਼ੀ ਲਈ ਜਾ ਸਕਦੀ ਸੀ ਪਲਾਸੀ ਦੀ ਲੜਾਈ ਬ੍ਰਿਟਿਸ਼ ਇੰਡੀਆ ਕੰਪਨੀ ਅਤੇ ਕਿਸ ਵਿਚਕਾਰ ਹੋਈ ਤਾਂ ਰਾਈਟ ਆਨਸਰ ਹੈ ਸਰਾਜੂਦੌਲਾ ਠੀਕ ਹੈ ਜੀ ਜੋ ਪਲਾਸੀ ਦਾ ਜੰਦ ਹੋਇਆ ਸੀ 23 ਜੂਨ 1757 ਇਸਵੀ ਨੂੰ ਬ੍ਰਿਟਿਸ਼ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਰਾਜੂਦੌਲਾ ਵਿਚਕਾਰ ਹੋਇਆ ਸੀ ਇਸ ਵਿੱਚ ਜੋ ਅੰਗਰੇਜ਼ਾਂ ਦੀ ਅਗਵਾਈ ਰਾਬਰਟ ਕਲਾਈਵ ਨੇ ਕੀਤੀ ਸੀ ਐਂਡ ਜੋ ਬ੍ਰਿਟਿਸ਼ ਇੰਡੀਆ ਕੰਪਨੀ ਹੀ ਜੇਤੂ ਰਹੀ ਸੀ ਮਹਾਤਮਾ ਬੁੱਧ ਦੇ ਉਪਦੇਸ਼ ਦੇਣ ਦੀ ਭਾਸ਼ਾ ਕਿਹੜੀ ਸੀ ਤਾ ਰਾਈਟ ਆਨਸਰ ਹੈ ਪਾਲੀ ਠੀਕ ਹੈ ਜੀ ਮਹਾਤਮਾ ਬੋਧ ਵੱਲੋਂ ਜੋ ਆਪਣੇ ਉਪਦੇਸ਼ ਪਾਲੀ ਭਾਸਾ ਅੰਦਰ ਦਿੱਤੇ ਗਏ ਮੰਗਲ ਪਾਂਡੇ ਸਿਪਾਹੀ ਸੀ ਤਾਂ ਰਾਈਟ ਆਨਸਰ ਹੈ ਚੰਤਮੀ ਬੰਗਾਲ ਨੇਟਿਵ ਇਨਫੈਂਟਰੀ ਠੀਕ ਹੈ ਜੀ ਮੰਗਲ ਪਾਂਡੇ ਜੋ 14ਵੀਂ ਬੰਗਾਲ ਨੇਟਿਵ ਇਨਫੈਂਟਰੀ ਦਾ ਸਿਪਾਹੀ ਸੀ ਐਂਡ ਦੋਸਤੋ ਤੁਹਾਨੂੰ ਇੱਕ ਐਗਜ਼ਾਮ ਵਿੱਚ ਇਸ ਤਰ੍ਹਾਂ ਵੀ ਕੁਐਸਚਨ ਬਣ ਸਕਦਾ ਹੈ ਕਿ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸੇਧ ਕੌਣ ਸੀ ਤਾਂ ਉਹ ਵੀ ਰਾਈਟ ਆਨਸਰ ਆਪਣਾ ਮੰਗਲ ਪਾਂਡੇ ਹੋਵੇਗਾ ਤ੍ਰਿਪਿਟਕ ਗ੍ਰੰਥ ਸਬੰਧਿਤ ਹਨ ਤਾਂ રાઈਟ ਆਨਸਰ ਹੈ ਬੁੱਧ ਧਰਮ ਠੀਕ ਹੈ ත්‍੍ਰਿਪਿਟਕ ਗ੍ਰੰਥ ਦਾ ਜੋ ਸੰਬੰਧ ਹੈਗਾ ਬੁੱਧ ਧਰਮ ਨਾਲ ਪਾਣੀਪਤ ਦੀ ਪਹਿਲੀ ਲੜਾਈ ਕਿਸ ਵਿਚਕਾਰ ਲੜੀ ਗਈ ਸੀ ਤਾਂ રાઈਟ ਆਨਸਰ ਹੈ ਬਾਬਰ ਅਤੇ ਅਬਰਾਹਮ ਲੋਦੀ ਠੀਕ ਹੈ ਜੀ ਪਾਣੀਪਤ ਦੀ ਜੋ ਪਹਿਲੀ ਲੜਾਈ ਅਪ੍ਰੈਲ 1526 ਈਸਵੀ ਨੂੰ ਬਾਬਰ ਅਤੇ ਲੋਧੀ ਵਿਚਕਾਰ ਲੜੀ ਗਈ ਸੀ ਐਂਡ ਇਸ ਵਿੱਚ ਜੋ ਬਾਬਰ ਜਿੱਤੂ ਰਿਹਾ ਸੀ ਇਸ ਦੇ ਨਾਲ ਹੀ ਜੋ ਬਾਬਰ ਦੁਆਰਾ ਮੁਗਲ ਸਾਮਰਾਜ ਦੀ ਜੋ ਸਥਾਪਨਾ ਕੀਤੀ ਗਈ ਸੀ ਗੀਤ ਗੋਵਿੰਦ ਦਾ ਲੇਖਕ ਕੌਣ ਹੈ ता राइट आंसर है जयदेव ठीक है जी गीत गोविंद का लेखक जयदेव है सोलर सिस्टम की खोज किसने की थी? राइट आंसर है कॉपरिक्स ठीक है जी कॉपरनिक्स द्वारा जो सोलर सिस्टम की जो खोज की गई सी ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ ਤਾਂ ਆ ਰਾਈਟ ਆਨਸਰ ਹੈ ਬੁੱਧ ਠੀਕ ਹੈ ਜੀ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨਜ਼ਦੀਕ ਗ੍ਰਹਿ ਹੈ ਭਾਰਤੀ ਸੰਵਿਧਾਨ ਦਾ ਆਰਟੀਕਲ 17 ਪ੍ਰਦਾਨ ਕਰਦਾ ਹੈ ਤਾਂ ਰਾਈਟ ਆਨਸਰ ਹੈ ਸੂਤ 7 ਦਾ ਖਤਮਾ ਠੀਕ ਹੈ ਜੀ ਜੋ ਆਰਟੀਕਲ 17 ਹੈ ਇਹ ਸੰਬੰਧਤ ਹੈ ਸੂਤ 7 ਦੇ ਖਤਮੇ ਨਾਲ ਪ੍ਰੈਸ ਦੀ ਆਜ਼ਾਦੀ ਦੇ ਅਧਿਕਾਰ ਵਿੱਚ ਨਿਹਤ ਹੈ ਤਾਂ ਰਾਈਟ ਆਨਸਰ ਹੈ ਬੋਲਣ ਦੀ ਆਜ਼ਾਦੀ ਠੀਕ ਹੈ ਜੀ ਜੋ ਪ੍ਰੈਸ ਦੀ ਆਜ਼ਾਦੀ ਨਾਲ ਸੰਬੰਧਿਤ ਜੋ ਕਾਨੂੰਨ ਹੈਗਾ ਬੋਲਣ ਦੀ ਆਜ਼ਾਦੀ ਨਾਲ ਇਸ ਤਰ੍ਹਾਂ ਦੋਸਤੋ ਅੱਜ ਦੇ ਆਪਣੇ ਟੌਪ 20 ਕੁਐਸਚਨਸ ਸਮਾਪਤ ਹੋਈ ਨੇ ਵੀਡੀਓ ਵਧੀਆ ਲੱਗੀ ਆ ਹੈਲਪਫੁਲ ਲੱਗੀ ਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚਲੋ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ